ਜਾਤ ਭਾਤ ਦਾ ਭੇਦਭਾਵ ਨਹੀਂ। ਜੋ ਸਾਲ ਹੋ ਗਿਆ ਤੁਸੀਂ ਸੱਚ ਦੱਸ ਰਹੇ ਹੋ, ਆਪਣੇ ਆਪ ਨੂੰ ਪੁੱਛ ਕੇ ਦੱਸ ਦਿਓ ਕਿ ਆਖਰੀ ਵਾਰੀ ਬਿਜਲੀ ਦਾ ਬਿੱਲ ਕਦੋਂ ਜਮ੍ਹਾਂ ਕਰਾਇਆ ਸੀ। ਅੱਜ 43,000 ਬੱਚਿਆਂ ਨੂੰ ਨੌਕਰੀਆਂ, ਆਮ ਆਦਮੀ ਕਲੀਨਿਕ ਸਹਿਜੋ ਸੂਰਿਆਲ ਦੇ ਵਿੱਚ, ਉਹ ਕੰਮ ਜੋ ਲੋਕਲ ਹੈ, ਆਪਣਾ ਰਿਪੋਰਟ ਕਾਰਡ 2 ਸਾਲ। ਇਸ ਦੇ ਨਾਲ ਹੀ ਕੋਈ ਸ਼ਖਸ ਇਹ ਕਹਿ ਦੇਵੇ ਕਿ ਮੇਰੇ ਤੇ ਇੱਕ ਵਾਰ ਵਿਭਾਗ ਮੇਰੇ ਕੋਲ ਹੈ, ਔਰ ਕੁਛ ਪਿੰਡਾਂ ਦੇ ਤਿੰਨਾਂ ਪਿੰਡਾਂ ਦੀ ਜਿਹੜੀ ਸਮੱਸਿਆ ਹੈਗੀ ਆ ਉਹ ਸੁਭਾਅ ਚ ਗੱਲ ਹੋਈ ਹੈ। ਮੈਂ ਕਿਹਾ ਜਦੋਂ ਮਰਜ਼ੀ ਚਾਹੇ ਇੱਥੇ ਬਹਿ ਕੇ ਕਰ ਲਵਾਂਗੇ, ਅਫਸਰਾਂ ਨੂੰ ਬੁਲਾ ਲਵਾਂਗੇ, ਜਾਂ ਚੰਡੀਗੜ੍ਹ ਬਹਿ ਕੇ ਅਸੀਂ ਦੋਨੋਂ ਮਿਨਿਸਟਰ ਭਰਾ ਔਰ ਨਾਲ ਇਲਾਕੇ ਦੇ ਸਾਰੇ ਹੀ ਬਤਵੰਤੇ ਸੱਜਣ ਔਰ ਮੇਰੇ ਨਾਲ ਮੇਰੇ ਕੁਲੀਗ ਮਿਨਿਸਟਰ ਛੋਟੇ ਭਰਾ ਹਰਜੋਤ ਸਿੰਘ ਜੀ ਬੈਂਸ ਔਰ ਮਾਲਵਿੰਦਰ ਸਿੰਘ ਜੀ ਕੰਗ, ਜਿਹੜੇ ਕਿ ਬਤੌਰ ਮੈਂਬਰ ਪਾਰਲੀਮੈਂਟ ਇੱਥੋਂ ਲੜ ਰਹੇ ਹੈ ਔਰ ਇੱਦਾਂ ਹੀ ਚਾਹੇ ਪਿੰਡ ਹੋਵੇ ਗੰਭੀਰਪੁਰ, ਚਾਹੇ ਚੰਡੀਗੜ੍ਹ ਜੋ ਤੁਸੀਂ ਰਿਹਾਇਸ਼ ਬਖਸ਼ੀ ਹੈ, ਕੋਈ ਵੀ ਆ ਸਕਦਾ ਘਰੇ, ਘਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਕਿ ਆਪਣੇ ਨਾਲ ਕਿਸੇ ਨੂੰ ਲੈ ਕੇ ਆਉਣ ਦੀ ਲੋੜ ਨਹੀਂ, ਸਿੱਧੇ ਆ ਕੇ ਮਿਲੋ। ਤੇ ਰੋਜ਼ ਸੈਂਕੜੇ ਲੋਕ ਉੱਥੇ ਆ ਕੇ ਆਪਣਾ ਕੰਮ ਕਰਾਉਂਦੇ ਨੇ, ਪਤਾ ਕਿ ਸਾਡਾ ਪੁੱਤ ਮੰਤਰੀ ਹੈ, ਸਾਡਾ ਭਾਈ ਮੰਤਰੀ। ਇਸ ਇਲਾਕੇ ਦੇ ਵਿੱਚ ਬਹੁਤ ਗਰੀਬੀ ਹੈ। ਅੱਜ ਆਮ ਆਦਮੀ ਪਾਰਟੀ ਦੇ ਸਾਰੇ ਹੀ ਪਰਿਵਾਰ ਵੱਲੋਂ, ਸਾਡੇ ਸਾਰੇ ਸਾਥੀਆਂ ਵੱਲੋਂ, ਸਰਦਾਰ ਮਾਲਵਿੰਦਰ ਸਿੰਘ ਕੰਗ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਹਨ, ਇਹਨਾਂ ਦੇ ਨਾਲ ਸਵੇਰ ਤੋਂ ਹੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਚੋਣ ਪ੍ਰਚਾਰ ਕੀਤਾ ਗਿਆ। ਤੁਸੀਂ ਆਪ ਦੇਖ ਸਕਦੇ ਹੋ, ਚਾਹੇ ਉਹ ਭਰਤਗੜ੍ਹ ਹੋਵੇ, ਚਾਹੇ ਬੇਲੀਆਂ ਪਿੰਡ ਹੋਵੇ, ਚਾਹੇ ਕਾਹੀ ਅਲ ਚੰਗਰ ਤੋਂ ਤਾਂ ਰੈਲੀ ਹੀ ਬਣ ਗਈ, ਸੁਖਸਾਲ ਹੋਵੇ, ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵਕੀਲ ਸਾਹਿਬਾਨ ਹੋਣ, ਅਤੇ ਅੱਜ ਮੇਨ ਮਾਰਕੀਟ ਜਿਸ ਨੂੰ ਆਪਾਂ ਨੰਗਲ ਦੀ ਜਾਨ ਆਨ ਬਾਨ ਸ਼ਾਨ ਕਹਿੰਦੇ ਹਾਂ, ਇੱਥੇ ਦੇ ਸਾਰੇ ਦੁਕਾਨਦਾਰਾਂ ਨਾਲ, ਇਸ ਤੋਂ ਬਾਅਦ ਅੱਡਾ ਮਾਰਕੀਟ, ਖਾਟੂ ਸ਼ਾਹ ਮੰਦਰ, ਪੂਰੇ ਹਲਕੇ ਦੇ ਵਿੱਚ, ਅਤੇ ਜਿੱਥੇ ਦੂਜੀ ਪਾਰਟੀਆਂ ਨੇ ਅੱਜ ਤੱਕ ਆਪਣੇ ਉਮੀਦਵਾਰ ਨਹੀਂ ਉਤਾਰੇ, ਉੱਥੇ ਸਾਡੇ ਉਮੀਦਵਾਰ ਸਾਹਿਬ ਨੇ ਸਾਡੇ ਹਲਕੇ ਦੇ ਸਾਰੇ ਹੀ ਧਾਰਮਿਕ ਸਥਾਨਾਂ ਦੇ ਉੱਤੇ, ਸਾਰੇ ਹੀ ਬਾਜ਼ਾਰਾਂ ਦੇ ਉੱਤੇ, ਹੁਣ ਤੁਸੀਂ ਦੇਖ ਲਓ ਡੋਰ ਟੂ ਡੋਰ 'ਤੇ ਪਹੁੰਚ ਚੁੱਕੇ ਹਾਂ, ਲਗਭਗ ਅੱਧੇ ਤੋਂ ਵੱਧ ਪਿੰਡ ਕੱਢ ਚੁੱਕੇ ਹਾਂ। ਇਸ ਕਰਕੇ ਸਾਡੀ ਮਿਹਨਤ ਹੈ, ਅਤੇ ਮੈਨੂੰ ਸਾਡੀ ਸਾਰੀ ਟੀਮ ਵੱਲੋਂ, ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੀ ਟੀਮ ਵੱਲੋਂ, ਸਾਡੀ ਨੰਗਲ ਦੀ ਟੀਮ ਦੇ ਵੱਲੋਂ, ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ, ਅਤੇ ਜੋ ਉਹਨਾਂ ਦਾ ਖੁਆਬ ਹੈ 13-0 ਦਾ, ਉਸ ਦੇ ਵਿੱਚੋਂ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨੂੰ ਨੰਬਰ 1 'ਤੇ ਲੈ ਕੇ ਆਵਾਂਗੇ। ਸਾਰੇ ਵੀਰਾਂ ਨੂੰ, ਕਿਉਂਕਿ ਅੱਜ ਪ੍ਰੈਸ ਡੇ ਹੈ, ਤੁਸੀਂ ਹਮੇਸ਼ਾ ਹੀ ਸਾਥ ਦਿੰਦੇ ਹੋ, ਪ੍ਰੈਸ ਡੇ ਦੀ ਬਹੁਤ ਬਹੁਤ ਮੁਬਾਰਕਬਾਦ। ਪ੍ਰੈਸ ਸਾਡੀ ਡੈਮੋਕ੍ਰੇਸੀ ਦਾ ਚੌਥਾ ਸਤੰਭ ਹੈ, ਤੁਹਾਡੇ ਸਭ ਦਾ ਬਹੁਤ ਬਹੁਤ ਸਾਥ ਦਿੰਦੇ ਹੋ, ਜਿੱਥੇ ਜਿੱਥੇ ਲੋੜ ਹੁੰਦੀ ਹੈ ਸਾਡੀ ਕਮੀ ਪੇਸ਼ੀਆਂ, ਤੁਸੀਂ ਉਹ ਵੀ ਦਿਖਾਉਂਦੇ ਹੋ, ਇੱਕ ਪ੍ਰੈਸ ਦਾ ਚੰਗੀ ਭੂਮੀ, ਸੁਚਾਰੀ ਭੂਮਿਕਾ ਸਾਡੇ ਹਲਕੇ ਦੇ ਵਿੱਚ ਡਿਵੈਲਪਮੈਂਟ ਦਾ ਬਹੁਤ ਸਾਥ ਦਿੰਦੇ। ਤੁਸੀਂ ਸਾਰੇ ਹੀ ਭਰਾ ਹੋ, ਅਤੇ ਤੁਸੀਂ ਹਮੇਸ਼ਾ ਹੀ ਕੰਸਟਰਕਟਿਵ ਵਰਕ, ਜਿੱਥੇ ਕਮੀ ਹੈ ਸਰਕਾਰ ਦੀ, ਜਿੱਥੇ ਧਿਆਨ ਜਾਣਾ ਉਹ ਵੀ ਮਦਦ ਕਰਦੇ ਹੋ, ਇਸ ਕਰਕੇ ਆਪ ਸਭ ਦਾ ਵੀ ਬਹੁਤ ਧੰਨਵਾਦ। ਅਤੇ ਮੈਂ ਇਸ ਦੇ ਉੱਤੇ CVC ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਹੈ, ਮੈਂ ਕੱਲ੍ਹ ਪ੍ਰੈਸ ਨੋਟ, ਅਤੇ ਉਹ ਚਿੱਠੀ ਜਾਰੀ ਤੁਹਾਨੂੰ ਆਪ ਜੀ ਨੂੰ ਦਿਖਾ ਦੂੰਗਾ। ਇੱਕ ਪਾਸੇ ਤਾਂ ਨੰਗਲ ਸ਼ਹਿਰ ਦੇ ਵਿੱਚ, ਅਤੇ ਸਾਡੇ ਆਸ ਪਾਸ ਜਿੱਥੇ ਡਿਵੈਲਪਮੈਂਟ ਦੇ ਕੰਮ ਹੈ, ਜਿੱਥੇ ਤਾਂ ਕੋਈ ਬੰਦਾ ਨਹੀਂ ਰਹਿੰਦਾ, ਉੱਥੇ ਤਾਂ ਇਹ ਸੜਕਾਂ ਬਣਾਈ ਜਾਂਦੀਆਂ ਦੁਬਾਰਾ ਪੱਟ ਪੱਟ ਕੇ, ਜਿੱਥੇ ਲੋੜ ਹੈ, ਜਿੱਥੇ ਆਬਾਦੀ ਹੈ, ਜਿੱਥੇ ਲੋਕ ਪਰੇਸ਼ਾਨ ਹੈ, ਉੱਥੇ ਸੜਕ ਨਹੀਂ ਬਣਾਉਂਦੇ। BBMB ਇੱਕ ਲੁੱਟ ਦਾ ਘਰ ਬਣ ਚੁੱਕਿਆ, 100 ਕਰੋੜ ਦਾ ਪ੍ਰੋਜੈਕਟ, ਪਬਲਿਕ ਮਨੀ ਹੈ ਜੀ, ਇਹ ਇਹਨਾਂ ਦੀ ਨਿੱਜੀ ਜੇਬ ਨਹੀਂ, ਪਬਲਿਕ ਮਨੀ ਹੈ। ਇੱਕ ਵੀ ਕਾਰਵਾਈ ਉਸ ਦੇ ਉੱਤੇ ਨਹੀਂ ਹੋਈ, ਅਸੀਂ ਸੈਂਟਰਲ ਵਿਜੀਲੈਂਸ ਕਮਿਸ਼ਨ ਨੂੰ ਲਿਖਿਆ ਕਾਰਵਾਈ ਹੋ, ਪਲੱਸ
ਅਸੀਂ ਹੁਣ CAG ਦਾ ਆਡਿਟ ਵੀ ਕਰਾਵਾਂਗੇ, ਕਿੰਨੇ ਨਹੀਂ ਕੰਮ ਕੀਤੇ ਆ ਜਿੱਥੇ ਜੋ ਪਬਲਿਕ ਦੇ ਡਿਵੈਲਪਮੈਂਟ ਦੇ ਕੰਮ ਹੈ। ਅਸੀਂ ਕਿਤੇ ਸਕੂਲ ਦੀ ਚਾਰ ਦੀਵਾਰੀ ਗਿਰ ਜਾਂਦੀ ਬਣਾ, ਕਹਿੰਦੇ ਨਹੀਂ ਜੀ ਨਹੀਂ ਜੀ ਇਹ ਤਾਂ BBMP ਦੀ ਜ਼ਮੀਨ ਹੈ, ਕਿਸੇ ਮੰਦਿਰ ਦੇ ਵਿੱਚ ਕੋਈ ਸ਼ੈੱਡ ਪਾਣੀ ਉੱਥੇ ਪਾਣ ਨਹੀਂ ਦਿੰਦੇ। ਜੋ ਕੰਸਟਰਕਟਿਵ ਕੰਮ ਹੈ ਸਾਰਾ ਦਿਨ ਲੋਕਾਂ ਨੂੰ ਤੰਗ ਕਰਦੇ ਨੇ BBMP। ਹੁਣ ਇਸੀ ਕਰਕੇ ਜਦੋਂ ਸਾਡੇ MP ਬਣਨਗੇ, ਇਹ ਸਭ ਤੋਂ ਵੱਡਾ ਮੁੱਦਾ। ਅੱਜ BBMP ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪੋਸਟਾਂ ਖਾਲੀ ਪਈਆਂ, ਇਹ ਮੁੱਦੇ ਚੱਕਾਂਗੇ। NFL 'ਚ ਖਾਲੀ ਪਈਆਂ, NFL ਸਾਡੀ ਜ਼ਮੀਨਾਂ, ਜੇ ਉੱਥੇ ਨਈ ਫੈਕਟਰੀ ਬਣਾਈ ਵਾਪਸ ਮੋੜੋ, ਅਸੀਂ ਉੱਥੇ ਕਿਸਾਨੀ ਕਰਾਂਗੇ, ਸਾਡੇ ਜ਼ਮੀਨਦਾਰ ਖੇਤੀ ਕਰਨਗੇ। ਇਹ ਸਾਰੇ ਮੁੱਦੇ ਆ ਜੋ ਲੋਕ ਸਭਾ ਚੱਕਣਗੇ। ਬਹੁਤ ਲੋਕ ਬਿਲਕੁਲ ਮਾਨ ਸਾਹਿਬ ਦੀ ਜਿਹੜੀ ਅਗਵਾਈ ਸਰਕਾਰ ਚੱਲ ਰਹੀ ਹੈ ਉੱਥੇ ਪੂਰਾ ਭਰੋਸਾ ਆ। ਹਰਜੋਤ ਬੈਂਸ ਜੀ ਨੇ ਅੱਜ ਸਵੇਰ ਤੋਂ ਅੱਡ ਅੱਡ ਪਿੰਡਾਂ ਦੇ ਦੌਰੇ ਕਰਵਾਏ ਆ। ਹਰ ਆਦਮੀ ਸੰਤੁਸ਼ਟ ਦਿਖ ਰਿਹਾ, ਸ਼ਹਿਰੀ ਹੋਵੇ ਚਾਹੇ ਪੇਂਡੂ ਹੋਵੇ, ਅਪਾਰ ਸਮਰਥਨ ਲੋਕਾਂ ਦਾ। ਕਿਹੜੀ ਜਗ੍ਹਾ ਰਹਿੰਦੇ ਹੋ?